केपीडी न्यूज, हक सच और इंसाफ की आवाज। ਚਿੱਟੇ ਦੇ ਕੇਸ ਵਿੱਚ ਨਾਮਜ਼ਦ ਅਲੀ ਮੁਹੱਲੇ ਦੀ ਇੱਕ ਮਹਿਲਾ ਨੂੰ ਕਲੀਨ ਚਿੱਟ ਦਿਵਾਉਣ ਦੇ ਲਈ ਪੁਲਿਸ ਦੇ ਨਾਂ 'ਤੇ 40,000 ਰੁਪਏ ਲੈ ਰਹੇ ਰਸਤਾ ਮੁਹੱਲਾ ਦੇ ਵਿਨੇ ਕੁਮਾਰ ਉਰਫ ਰਿੱਕੀ ਲੂਥਰਾ ਨੂੰ ADCP ਸਿਟੀ 1 ਮਨਦੀਪ ਸਿੰਘ ਗਿੱਲ ਦੇ ਬਾਡੀਗਾਰਡ ਦੀ ਮਦਦ ਨਾਲ ਫੜ ਲਿਆ ਗਿਆ। ਰਿੱਕੀ ਵੀ ਇੱਕ ਨੇਤਾ ਹੈ ਅਤੇ ਉਹ ਥਾਣਾ 4 ਦੇ ਕੰਪਲੈਕਸ ਵਿੱਚ ਹੀ ਦੋਸ਼ੀ ਮਹਿਲਾ ਦੇ ਜਾਣਕਾਰ ਕੋਲੋਂ ਐਡਵਾਂਸ ਲੈ ਰਿਹਾ ਸੀ। ਸੈਟਿੰਗ ਦੀ ਡੀਲ 1,00,000 ਰੁਪਏ ਵਿੱਚ ਕੀਤੀ ਗਈ। ਇਸ ਕੇਸ ਵਿੱਚ ਇੱਕ ਕਾਂਗਰਸੀ ਨੇਤਾ ਅਤੇ ਇੱਕ ਸ਼ਿਵ ਸੈਨਾ ਨੇਤਾ ਰਾਹੀਂ ਮਹਿਲਾ ਨੂੰ ਬਚਾਉਣ ਦੀ ਰਿਕਾਰਡਿੰਗ ਵੀ ਸਾਹਮਣੇ ਆਈ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਦੱਸੋ ਕਿ ਮਸਲਾ ਕੀ ਸੀਗਾ ਭਾਜੀ? ਮਸਲਾ ਇਹ ਸੀਗਾ ਜੀ, ਮੇਰੇ ਕੋਲ ਇੱਕ ਸ਼ਿਕਾਇਤ ਆਈ ਸੀਗੀ ਕਿ ਪੁਲਿਸ ਦੇ ਨਾਮ 'ਤੇ ਪੈਸੇ ਮੰਗ ਰਹੇ ਲੋਕ ਚਿੱਟਾ ਵੇਚਣ ਵਾਲਿਆਂ ਤੋਂ, ਜਿਸ ਦੀ ਸ਼ਿਕਾਇਤ ਮੈਂ CP ਸਾਹਿਬ ਨੂੰ ਦਿੱਤੀ। CP ਸਾਹਿਬ ਨੇ ਉੱਤੇ ਐਕਸ਼ਨ ਲੈ ਕੇ ਤੁਰੰਤ ADCP ਸਾਹਿਬ ਦੀ ਡਿਊਟੀ ਲਾਈ। ਜਿਹੜਾ ਬੰਦਾ ਚਿੱਟੇ ਵੇਚਣ ਵਾਲਿਆਂ ਦੇ ਨਾਮ 'ਤੇ ਪੈਸੇ ਲੈ ਰਿਹਾ ਸੀਗਾ, ਉਹਨੇ ਪੈਸੇ ਲੈਣ ਲਈ 4 ਨੰਬਰ ਥਾਣੇ ਬੁਲਾਇਆ ਸੀ। ਵਾਰ ਵਾਰ ਫੋਨ ਕਰ ਰਿਹਾ ਸੀਗਾ, ਰਿਕਾਰਡਿੰਗ ਮੇਰੇ ਕੋਲ ਕਹਿ ਰਿਹਾ ਸੀ HHO ਸਾਹਿਬ ਨੇ ਨਿਕਲ ਜਾਣਾ, ਜਲਦੀ ਆ ਜਾਓ। ਅਸੀਂ ਸਾਰੀ ਗੱਲ ਅਫਸਰਾਂ ਨੂੰ ਦੱਸੀ, ਅਫਸਰਾਂ ਦੀ ਡਿਊਟੀ ਲਾਈ, ਥਾਣੇ 'ਚ ਆਏ। ਉਹ ਬੰਦਾ ਥਾਣੇ ਦੇ ਅੰਦਰ ਮੌਜੂਦ ਸੀ, ਉਹਨੇ ਥਾਣੇ 'ਚ ਪੈਸੇ ਲਏ। ਜਿੱਦਾਂ ਹੀ ਉਹਨੇ ਪੈਸੇ ਪਕੜੇ, ਆਲਾ ਅਧਿਕਾਰੀਆਂ ਨੇ ਉਹਨੂੰ ਮੌਕੇ 'ਤੇ ਅਰੈਸਟ ਕਰ ਲਿਆ। ਬਾਕੀ ਉਹ ਅੰਦਰ ਆ, ਉਹਨੇ ਕਿਹੜੇ ਅਫਸਰ ਨੂੰ ਪੈਸੇ ਦੇਣੇ ਸੀ, ਕੀ ਕਰਨੇ ਸੀ, ਇਹ ਤਾਂ ਉਹ ਖੁਦ ਆਪ ਦੱਸੇਗਾ। ਵੈਸੇ ਮੇਰੇ ਕੋਲ ਰਿਕਾਰਡਿੰਗ ਆ ਜਿਹਦੇ 'ਚ ਉਹਨੇ ਅਫਸਰਾਂ ਦੇ ਨਾਮ ਲਏ ਹੋਏ ਆ। ਇਹਦੇ ਨਾਲ ਹੋਰ ਵੀ ਕੁਛ ਲੀਡਰ ਨੇ ਸ਼ਹਿਰ ਦੇ, ਇਹ ਬੰਦੇ ਨੇ ਐਸੇ ਲੀਡਰ ਨੇ ਜਿਨ੍ਹਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੋਈ ਹੈ, ਔਰ ਉਹਨਾਂ ਦੀਆਂ ਆਵਾਜ਼ਾਂ ਰਿਕਾਰਡ ਆ, ਉਹ ਪੁਲਿਸ ਦੇ ਨਾਮ 'ਤੇ ਪੈਸੇ ਮੰਗ ਰਹੇ ਆ। ਫਸਟ ਡੀਲ ਕਿਹਦੇ ਨਾਲ ਹੁੰਦੀ ਪਈ ਸੀ ਜੀ? ਫਸਟ ਡੀਲ 3 ਬੰਦਿਆਂ ਨਾਲ ਡੀਲ ਦੀ ਰਿਕਾਰਡਿੰਗ ਹੈ ਜੀ ਮੇਰੇ ਕੋਲ। ਫਸਟ ਡੀਲ ਅੰਮ੍ਰਿਤ ਖੋਸਲਾ ਜੀ ਨਾਲ, ਸੈਕਿੰਡ ਨਰਿੰਦਰ ਥਾਪਰ ਜੀ, ਤਿੰਨਾਂ ਦੇ ਨਾਮ ਉਹਨੇ ਰਿਕਾਰਡਿੰਗ 'ਤੇ ਵੀ ਕੀਤੇ ਆ। ਥਰਡ ਆ ਮੁੰਡਾ ਰਿੱਕੀ ਹੈ ਜਿਹੜਾ ਫੜਿਆ ਗਿਆ, ਇਹਨਾਂ ਨੇ 1,00,000 ਰੁਪਇਆ ਮੰਗਿਆ ਸੀ। ਅੰਮ੍ਰਿਤ ਖੋਸਲਾ ਕੌਣ? ਕੋਈ ਲੀਡਰ ਨੇ, ਇਹਨੂੰ ਪਤਾ ਹੋਊਗਾ ਜਾਂ ਉਸ ਬੀਬੀ ਨੂੰ ਪਤਾ ਹੋਊਗਾ। ਪੇਮੈਂਟ ਕਿਸ ਗੱਲ ਦੀ ਸੀ ਸਰ? ਰਿਕਾਰਡਿੰਗ 'ਤੇ ਹੈਗਾ ਜੋ ਉਹ ਬੋਲਦੀ ਪਈ ਹੈ ਸਰ। ਪੇਮੈਂਟ ਕਿਸ ਗੱਲ ਦੀ ਲੈਣੀ? ਇੱਕ ਐਕਸ ਪੁਲਿਸ ਅਫਸਰ ਦੀ ਰਿਕਾਰਡਿੰਗ ਹੈ ਇਹ 'ਚ, ਜਿਹਨੇ ਡੀਲ ਕੀਤੀ ਆ, ਉਹ ਕਹਿੰਦਾ ਜਿਹਨੇ 50,000 ਹੀ ਮੰਗਦੇ ਆ ਸਰ। 1,00,000 ਰੁਪਏ ਮੰਗਿਆ, ਕਦੋਂ ਲਈ ਮੰਗਿਆ? 1,00,000 ਰੁਪਇਆ ਉਹ ਕਹਿੰਦੇ CP ਸਾਹਿਬ ਤੋਂ ਫੋਨ ਕਰਾਤਾ ਅਤੇ SHO ਨੂੰ ਹੋ ਗਿਆ, ਤੁਹਾਡਾ ਨਾਮ ਪਰਚੇ ਤੋਂ ਕੱਢ ਦਿਆ ਜਾਏਗਾ। ਉਹਦੇ ਖਿਲਾਫ਼ FIR ਨੰਬਰ 123/2018-27 NDPC ਐਕਟ ਦੇ ਵਿੱਚ, ਜਿਮਨੀ ਦੇ ਵਿੱਚ ਲਿਖਿਆ ਹੋਇਆ। ਮੇਰੇ ਕੋਲ ਰਿਕਾਰਡਿੰਗ ਆ, ਤੁਸੀਂ ਇਹ ਸੁਣ ਲਓ। ਇੱਥੋਂ ਕੋਈ ਥਾਣੇ ਤੋਂ ਉਹਨੂੰ ਬੋਲ ਕੇ ਕਹਿ ਰਿਹਾ ਸੀ ਕਿ ਅਸੀਂ ਇਸ ਪਰਚੇ 'ਚੋਂ ਤੇਰਾ ਨਾਮ ਕੱਢ ਦਿਆਂਗੇ, ਤੂੰ ਸਵੇਰੇ ਬੇਲ ਲਾਈ ਆ, ਰਿਕਾਰਡ ਲੈ ਕੇ ਅਸੀਂ ਜਾਣਾ, ਅਸੀਂ ਕਹਿ ਦਿਆਂਗੇ, ਉਹ ਤੁਸੀਂ ਲੈ ਜਾਓ, ਤੁਹਾਡੇ ਕੰਮ ਆਏਗੀ, ਮੈਨੂੰ ਦੇਖਣੀ ਪੈਣੀ ਆ, ਤੁਸੀਂ ਵੇਟ ਕਰੋ। ਜਿਹੜੀ ਆਪਾਂ ਪਹਿਲੇ ਡੀਲ ਕਰਦੇ, ਪਹਿਲਾਂ ਡੀਲਰ ਕੌਣ ਹੈ ਜਿਹੜਾ ਗੱਲ ਹੁੰਦੀ ਪਈ ਸੀ ਜੀ? ਦੱਸਤਾ ਜੀ। ਐਸਾ ਨੂੰ ਗੁਰਿੰਦਰ ਸਿੰਘ ਸਨ ਆਫ ਕੇਵਲ ਸਿੰਘ ਬਰਸੀ ਮੋਤਾ ਸਿੰਘ ਨਗਰ ਮਾਰਕੀਟ ਜਲੰਧਰ ਪਾਸੋਂ ਇਨਫੋਰਮੇਸ਼ਨ ਮਿਲੀ ਸੀਗੀ ਕਿ ਵਿਨੇ ਕੁਮਾਰ ਫਰੀਕੀ ਲੂਥਰਾ ਵਾਸੀ ਰਸਤਾ ਮੁਹੱਲਾ ਜਲੰਧਰ, ਜੋ ਕਿ ਮੀਨੂ ਸ਼ਰਮਾ ਪਤਨੀ ਅਮਰਜੀਤ ਵਾਸੀ ਅਲੀ ਮੁਹੱਲਾ ਨੂੰ ਮੁਕੱਦਮਾ ਨੰਬਰ 18 NDPS ਐਕਟ 27 NDPS ਐਕਟ ਥਾਣਾ ਡਿਵੀਜ਼ਨ ਨੰਬਰ 4 ਵਿੱਚ ਦਰਜ ਸੀ, ਜਿਸ ਵਿੱਚੋਂ ਉਹ ਨੋਮੀਨੇਟਡ ਸੀਗੀ ਮੁਕੱਦਮੇ 'ਚ, ਜਿਸ ਨੂੰ ਇਹ ਵਿਅਕਤੀ ਜਿਹੜਾ ਵਿਨੇ ਕੁਮਾਰ ਰਿੱਕੀ ਲੂਥਰਾ, ਉਹਦਾ ਨਾਮ ਕਢਾਉਣ ਲਈ ਉਸ ਪਾਸੋਂ ਪੁਲਿਸ ਦੇ ਨਾਂ 'ਤੇ 1,00,000 ਰੁਪਇਆ ਮੰਗਦਾ ਸੀਗਾ, ਜਿਸ ਤੋਂ 40,000 ਰੁਪਇਆ ਗੁਰਿੰਦਰ ਸਿੰਘ ਨੇ ਅੱਜ ਉਹਨਾਂ ਤੈਅ ਕਰਕੇ
ਅਤੇ ਸਾਨੂੰ ਇਤਲਾਹ ਦਿੱਤੀ ਅਤੇ ਜਿਸ ਤੱਕ ਟਰੈਪ ਲਗਾ ਕੇ ਰਿੱਕੀ ਲੂਥਰਾ ਨੂੰ ਵਰਿੰਦਰ ਸਿੰਘ ਨੇ ਜਿਹੜੇ ਪੈਸੇ ਦਿੱਤੇ ਉਹ ਮੌਕੇ 'ਤੇ ਉਹਦੇ ਕੋਲ ਟਰੈਪ ਲਗਾ ਕੇ ਬਰਾਮਦ ਕਰ ਲਏ ਅਤੇ ਉੱਥੇ ਮੁਕੱਦਮਾ ਨੰਬਰ 420 ਅਤੇ 384 IPC ਦੇ ਤਹਿਤ ਮੁਕੱਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ। ਸਰ ਕਿੱਥੋਂ ਫੜਿਆ ਗਿਆ ਜੀ? ਇਹ ਸਦਾਮਾ ਮਾਰਕੀਟ ਟਰੈਪ ਲਾਇਆ ਸੀਗਾ। ਸਦਾਮਾ ਮਾਰਕੀਟ ਟਰੈਪ ਲਗਾ ਕੇ ਕੁਛ ਇੰਨਾ ਦਾ ਪਤਾ ਨਹੀਂ ਲੱਗਾ ਕਿਹਦੇ ਨਾਮ 'ਤੇ ਪੈਸੇ ਮੰਗੇ ਜਾ ਰਹੇ ਅਤੇ ਕਿਉਂ, ਮਤਲਬ ਪੁਲਿਸ ਦੇ ਨਾਂ 'ਤੇ ਮੰਗ ਰਿਹਾ ਸੀ, ਪੁਲਿਸ ਅਫਸਰਾਂ ਦੇ ਨਾਂ 'ਤੇ ਵਿੱਚੇ ਸਾਡੇ ਨਾਂ 'ਤੇ ਪਿੱਛੇ ਹੀ ਹੋਰ ਸੀਨੀਅਰ ਅਫਸਰਾਂ ਦੇ ਨਾਂ 'ਤੇ ਪੈਸੇ ਲੈ ਕੇ ਵੀ ਅਸੀਂ ਮੁਕੱਦਮਾ ਜਿਹੜਾ ਤੁਹਾਡਾ ਖਤਮ ਕਰਾ ਦਾਂਗੇ, ਇਹ 'ਚੋਂ ਤੁਹਾਡਾ ਨਾਮ ਕਢਵਾ ਦਾਂਗੇ। ਸਰ ਇੱਕ ਇਹਦੇ ਵਿੱਚ ਰਿਕਾਰਡਿੰਗਸ ਦਾ ਕੋਈ ਐਂਗਲ ਆ ਰਿਹਾ ਕਿ ਰਿਕਾਰਡਿੰਗ ਵਗੈਰਾ ਕਿਸ ਕੀ ਕਈਆਂ ਨੇਤਾਵਾਂ ਦੀਆਂ ਸੀਗੀਆਂ, ਹੋਰ ਉਸ ਬਾਰੇ ਥੋੜ੍ਹਾ ਦੱਸ ਦਿਓ ਕਿ ਉਹ ਰਿਕਾਰਡਿੰਗ ਬਾਰੇ ਜਦੋਂ ਸਾਨੂੰ ਮਿਲ ਗਈ ਉਹਨਾਂ ਦੇ ਬਾਰੇ ਜਦੋਂ ਅਨਾਲਿਸਿਸ ਕਰਾ ਕੇ ਜੋ ਵੀ ਸਾਹਮਣੇ ਹੋਊਗਾ ਉਹਦੇ ਮੁਤਾਬਕ। ਸਰ ਸ਼ਿਕਾਇਤਕਰਤਾ ਦਾ ਕਹਿੰਦਾ ਕਿ ਰਿਕਾਰਡਿੰਗ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਹਾਂ, ਉਹਨਾਂ ਦਾ ਅਨਾਲਿਸਿਸ ਕਰਾ ਕੇ ਉਹਨਾਂ ਨੂੰ ਸਬੂਤ ਦੇ ਤੌਰ 'ਤੇ ਕਬਜ਼ਾ ਲੈ ਕੇ ਉਹਨਾਂ ਤੋਂ ਵੀ ਅਨਾਲਿਸਿਸ ਕਰਾ ਕੇ ਜਿਹੜਾ ਬਾਕੀ ਜਾਂਚ ਕੀਤੀ ਜਾ ਰਹੀ ਹੈ। ਬਾਕੀ ਇਨਵੈਸਟੀਗੇਸ਼ਨ ਕਰਕੇ ਜੋ ਤੱਕ ਸਾਹਮਣੇ ਆਉਣ ਦਿਨਾਂ ਦੇ ਆਧਾਰ 'ਤੇ ਜਿਹੜੀ ਹੈ ਕੀ ਸੁਣਵਾਈ ਕੀਤੀ ਜਾਊਗੀ। ਹਾਂਜੀ, ਚਲੋ ਜੀ, ਚਲੋ ਸਰ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।